ਬਾਪੂ ਮੈਂ ਤੈਨੂੰ ਇੱਕ ਗੱਲ ਦੱਸਦਾ, ਪਰ ਤੈਨੂੰ ਸੌਣ ਲੱਗੇ ਤੂੰ ਅੱਗੇ ਨਾ ਕਿਸੇ ਨੂੰ ਦੱਸੀ। ਜਦੋਂ ਅਸੀਂ ਸਨਾਮ ਕਾਲਜ ਪੜ੍ਹਦੇ ਹੁੰਦੇ ਸੀ ਨਾ, ਉਦੋਂ ਮੇਰੀ ਗੱਲਬਾਤ ਹੋ ਗਈ ਸੀ ਮਿੰਦੋ ਨਾਲ। ਅਗਲੇ ਦੀ ਗੱਲਬਾਤ ਹੈ ਮਿੰਦੋ ਨਾਲ? ਤੇਜਾ ਮਿੰਦੋ ਤਹਿਸੀਲਦਾਰ ਨਾਲ ਵਿਆਹ ਕਰਾ ਰਿਹਾ? ਮੇਰੇ ਪੁੱਤ ਦੀ ਮਿੰਦੋ ਤਹਿਸੀਲਦਾਰ ਨਾਲ ਗੱਲਬਾਤ ਹੋਏ? ਚਾਚਾ ਆ ਬਾਪੂ ਖੁੱਲ ਗਿਆ। ਬਾਈ ਸਾਰੇ ਪਿੰਡ ਤੋਂ ਆਪਾਂ ਦੋਵੇਂ ਵੱਧ ਪੜ੍ਹੇ ਲਿਖੇ, ਦੱਸ ਮੈਂ ਕੀਤੀਆਂ 12 ਤੂੰ ਕੀਤੀਆਂ, ਕੁੱਲ ਮਿਲਾ ਕੇ 22 ਹੋ ਗਿਆ। ਬਾਈ ਪੜ੍ਹਿਆ ਲਿਖਿਆ ਬੰਦਾ ਆਪਦੀ ਘਰਵਾਲੀ ਵਿਆਹ ਤੋਂ ਪਹਿਲਾਂ ਦੇਖਦਾ, ਮੈਂ ਵੀ ਦੇਖੂਗਾ। ਅਕਸਰ ਹੀ ਜਦੋਂ ਪੰਜਾਬੀ ਮੂਵੀ ਰਿਲੀਜ਼ ਹੁੰਦੀ ਤਾਂ ਉਹਨਾਂ ਦੇ ਪ੍ਰੀਮੀਅਰਸ 'ਤੇ ਵੇਖਿਆ ਜਾਂਦਾ ਹੈ ਕਿ ਜਿਹੜੇ ਵੀ ਇੰਡਸਟਰੀ ਦੇ ਸਾਰੇ ਫਰੈਂਡਸ ਨੇ ਉਹ ਬਾਲੀਵੁੱਡ ਮੂਵੀ ਨੂੰ ਸਪੈਸ਼ਲੀ ਸਪੋਰਟ ਕਰਨ ਪਹੁੰਚਦੇ ਆਪਣੇ ਬਾਲੀਵੁੱਡ ਮੂਵੀ ਨੂੰ। ਸੋ ਸਰ ਤੁਸੀਂ ਮਿੰਦੋ ਤਹਿਸੀਲਦਾਰਨੀ ਨੂੰ ਸਪੋਰਟ ਕਰਨ ਆਏ ਹੋ ਫਿਰ ਕਰਮਜੀਤਰ ਮੂਵੀ? ਸਾਰੀ ਟੀਮ ਨੂੰ ਸਪੋਰਟ ਕਰਨਾ ਹੈ ਜੀ। ਸਪੋਰਟ ਨਹੀਂ, ਮੈਂ ਆਲਰੇਡੀ ਪਹਿਲਾਂ ਫਿਲਮ ਦੀ ਸਟੋਰੀ ਸੁਣੀ ਹੋਈ ਸੀ ਅਤੇ ਹੁਣ ਕਿੱਦਾਂ ਬਣੀ ਹੈ ਮੈਂ ਦੇਖਣਾ ਹੈ। ਸਾਡੇ ਵੀਰ ਅਵਤਾਰ ਨੇ ਉਹਨੂੰ ਡਾਇਰੈਕਟ ਕੀਤੀ ਹੈ, ਬਹੁਤ ਅੱਛੀ ਮੂਵੀ ਹੈਗੀ ਅਤੇ ਮੈਨੂੰ ਲੱਗਦਾ ਬਹੁਤ ਹਿੱਟ ਜਾਣੀ ਹੈ। ਕੀ ਲੱਗਦਾ ਕਿ ਕਰਮਜੀਤ ਅਨਮੋਲ ਜੋ ਪਹਿਲੀ ਵਾਰ ਲੀਡ ਰੋਲ 'ਚ ਆਏ ਨੇ, ਸੋ ਉਹ ਮੂਵੀ 'ਚ ਉਹੀ ਚਾਮ ਖਾ ਪਾ ਰਹੇ ਨੇ ਅਤੇ ਲੀਡ ਰੋਲ ਨੂੰ ਉਹ ਬਹੁਤ ਬਿਹਤਰੀਨ ਤਰੀਕੇ ਨਾਲ ਹੈਂਡਲ ਕਰ ਪਾ ਰਹੇ ਨੇ? ਦੇਖੋ ਮੈਨੂੰ ਲੱਗਦਾ ਪਹਿਲਾਂ ਜਿੰਨੀਆਂ ਮੂਵੀਆਂ ਨੇ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਉਹਨਾਂ ਦੇ ਲੀਡ ਹੀ ਹੁੰਦਾ ਹੈਗਾ, ਕੰਮ ਕਰਦੇ ਹੁੰਦੇ ਨੇ, ਬਟ ਇਸ ਮੂਵੀ ਦੇ ਵਿੱਚ ਸਾਰਾ ਦਮਦਵਾਰ ਉਹਨਾਂ ਦੇ ਉੱਤੇ ਹੀ ਹੈਗਾ ਅਤੇ ਰਾਜਵੀਰ ਜਵੰਦੇ ਨੇ ਵੀ ਬਹੁਤ ਵਧੀਆ ਰੋਲ ਕੀਤਾ ਹੈਗਾ, ਸਾਡਾ ਭਰਾ ਹੈਗਾ, ਅਤੇ ਸਾਰੀ ਟੀਮ ਬਹੁਤ ਵਧੀਆ ਅਤੇ ਸਾਰਿਆਂ ਦਾ ਇੱਕ ਇੱਕ ਆਪਣਾ ਲੀਡ ਰੋਲ ਹੀ ਹੈ ਸਾਰਿਆਂ ਦਾ। ਬਹੁਤ ਵਧੀਆ ਮੂਵੀ ਹੈਗੀ ਅਤੇ ਗੁੱਡ ਲੱਕ ਸਾਰੀ ਟੀਮ ਨੂੰ, ਮੂਵੀ ਵਧੀਆ ਜਾਊ। ਰਾਜਵੀਰ ਜਵੰਦਾ ਸਨ ਵੀ ਹਾਲ ਹੀ 'ਚ ਆਪਣਾ ਡੈਬਿਊ ਕੀਤਾ ਅਤੇ ਹੁਣ ਅਸੀਂ ਤੁਹਾਨੂੰ ਕਦੋਂ ਮੂਵੀ 'ਚ ਵੇਖਾਂ? ਤੁਸੀਂ ਸ਼ਾਇਦ ਮੂਵੀਆਂ ਦੇਖਦੇ ਨਹੀਂ ਹੈਗੇ ਜਾਂ ਤੁਸੀਂ ਘੱਟ ਆਉਂਦੇ ਹੋ ਮੂਵੀਆਂ। ਨੈਕਸਟ ਮੂਵੀ 'ਚ ਕਦੋਂ ਵੇਖਾਂ? ਅੱਛਾ, ਨੈਕਸਟ ਮੂਵੀ ਦੀ ਗੱਲ ਕਰਦੇ ਹੋ। ਨੈਕਸਟ ਮੂਵੀ ਟੈਲੀਵਿਜ਼ਨ ਸਾਡੀ ਸ਼ੂਟ ਹੋ ਚੁੱਕੀ ਹੈ ਅਤੇ ਰਿਲੀਜ਼ ਕਰਨ ਲੱਗੇ ਅਸੀਂ, 6 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਉਸ ਤੋਂ ਬਾਅਦ ਸਾਡੀ ਛੱਲੇ ਮੁੰਦੀਆਂ ਮੇਰੀ ਅਤੇ ਐਮੀ ਵਿਰਕ ਦੀ ਆ ਰਹੀ ਹੈਗੀ ਅਤੇ ਮੂਵੀ ਇਸ ਸਾਲ ਆ ਰਹੀਆਂ, 2 ਮੂਵੀਆਂ ਨੇ। ਗੱਲ ਕਰੀਏ ਹੁਣ ਸੌਂਗਸ ਦੀ, ਤਾਂ ਤੁਹਾਡੇ ਪਿਛਲੇ ਜਿੰਨੇ ਵੀ ਸੌਂਗਸ ਆਏ, 2-3 ਸੌਂਗਸ ਬਹੁਤ ਸੁਪਰ ਡੁਪਰ ਹਿੱਟ ਰਹੇ, ਬਹੁਤ ਹੀ ਵਧੀਆ ਰਿਸਪੌਂਸ ਮਿਲਿਆ, ਮੈਨੂੰ ਪਰਸਨਲੀ ਵੀ ਬਹੁਤ ਵਧੀਆ ਲੱਗੇ ਸੌਂਗਸ। ਸੋ ਹੁਣ ਨੈਕਸਟ ਕਿਹੜੇ ਵਧੀਆ ਸੌਂਗਸ ਲੈ ਕੇ? ਬਸ ਨੈਕਸਟ ਹੁਣ ਸ਼ੂਟ ਕੀਤਾ ਲਾਸਟ ਵੀਕ ਅਤੇ ਵਿਦਨ 10 ਦਿਨਾਂ ਦੇ ਵਿੱਚ ਗਾਣਾ ਕਰਕੇ ਲਿਆ। ਸੋ ਕਵਿਤਾ ਮੈਮ ਨਾਲ ਅਤੇ ਕਰਮਜੀਤ ਅਨਮੋਲ ਦੀ, ਇਹਨਾਂ ਦੀ ਜੋੜੀ ਕਿੱਦਾਂ ਲੱਗਦੀ ਤੁਹਾਨੂੰ? ਬਹੁਤ ਵਧੀਆ, ਦੋਨੇ ਸੁਪਰ ਆਰਟਿਸਟ ਨੇਗੇ, ਬਹੁਤ ਵਧੀਆ ਕੰਮ ਕਰ ਰਹੇ ਨੇ, ਗੁੱਡ ਲੱਕ ਜੀ। ਥੈਂਕ ਯੂ ਸੋ ਮੱਚ ਸਰ। ਸੋ ਜੀ, ਮੂਵੀ ਦਾ ਇੰਟਰਵਲ ਜਿਹੜਾ ਹੋਇਆ, ਮੂਵੀ ਦੇ ਫਸਟ ਹਾਫ 'ਚ ਸਾਨੂੰ ਬਹੁਤ ਇੰਟਰਸਟਿੰਗ ਇੱਕ ਕੈਰੈਕਟਰ ਵੇਖਣ ਨੂੰ ਮਿਲਿਆ, ਉਹ ਸੀ ਸਰਦਾਰ ਸੋਹੀ ਜੀ ਦਾ। ਸਰ, ਤੁਹਾਡੇ 'ਚ ਜਿਹੜਾ ਇੰਟਰਸਟਿੰਗ ਕੈਰੈਕਟਰ ਹੈ ਉਹ ਇੱਕ ਮਤਲਬ ਮੂਵੀ 'ਚ ਨਾ ਪਲੱਸ ਪੁਆਇੰਟ ਹੈ, ਸੋ ਤੁਹਾਨੂੰ ਆਪਣੇ ਇਸ ਕੈਰੈਕਟਰ ਨੂੰ ਦੇਖ ਕੇ ਕਿੰਨਾ ਵਧੀਆ ਲੱਗ ਰਿਹਾ? ਬਹੁਤ ਸੋਹਣਾ ਲੱਗ ਰਿਹਾ ਜੀ। ਮੈਂ ਤਾਂ ਇਹੋ ਜਿਹੇ ਕੈਰੈਕਟਰ ਪਿੰਡਾਂ 'ਚ ਬਹੁਤ ਨਜ਼ਦੀਕ ਤੋਂ ਨੇੜਿਓਂ ਆਲਾ ਦੁਆਲਾ ਆਪਣਾ ਕਿਉਂ ਪਿੰਡਾਂ 'ਚ ਪੈਦਾ ਹੋਏ ਹਾਂ, ਉਹ ਵੀ ਠੇਠ ਮਾਲਵੇ ਦਾ ਜ਼ਿਲ੍ਹਾ ਸੰਗਰੂਰ। ਜਦੋਂ ਫਿਰ ਜ਼ਿਲ੍ਹਾ ਸੰਗਰੂਰ ਹੋਵੇ ਫਿਰ ਸਾਡਾ ਕੋਈ ਕਸੂਰ ਹੀ ਨਹੀਂ ਹੁੰਦਾ। ਕਿਊਟਨੈਸ ਆਪਣੇ ਆਪ ਹੀ ਆ ਜਾਂਦੀ ਜ਼ਿਲ੍ਹਾ ਸੰਗਰੂਰ ਆਪਣੇ ਆਪ। ਗੱਲ ਕਰੀਏ ਹੁਣ ਇਸ ਮੂਵੀ ਦੀ ਮਿੰਦੋ ਤਹਿਸੀਲਦਾਰਨੀ ਦੀ, ਪਹਿਲੀ ਵਾਰ ਮੋਸਟ ਆਫ ਦਾ ਟਾਈਮ ਇੱਦਾਂ ਹੁੰਦਾ ਹੈ ਕਿ ਹੀਰੋ ਦੇ ਨਾਮ 'ਤੇ ਇੱਕ ਮੂਵੀ ਦਾ ਟਾਈਟਲ ਰੱਖਿਆ ਜਾਂਦਾ, ਕੁਛ ਐਸਾ ਕੋਨਸੈਪਟ ਰੱਖਿਆ ਜਾਂਦਾ, ਲੇਕਿਨ ਇਸ ਮੂਵੀ 'ਚ ਇੱਕ ਬਹੁਤ ਹੀ ਵੱਖਰੀ ਚੀਜ਼ ਵੇਖਣ ਨੂੰ ਮਿਲੀ, ਜਿਹੜੇ ਹੀਰੋਇਨ ਦੇ ਨਾਮ 'ਤੇ ਟਾਈਟਲ ਰੱਖਿਆ ਗਿਆ। ਜਦੋਂ ਮੈਨੂੰ ਇਹਨਾਂ ਨੇ ਕਰਮਜੀਤ ਉਹਨਾਂ ਨੇ ਕਿਹਾ ਕਿ ਭਾਅ ਜੀ ਆਪਾਂ ਫਿਲਮ ਕਰ ਰਹੇ ਹਾਂ ਕਿ ਤੁਹਾਡਾ ਬਹੁਤ ਸੋਹਣਾ ਰੋਲ ਹੈ ਮੇਰੇ ਫਾਦਰ ਦਾ ਔਰ ਫਿਲਮ ਦਾ ਟਾਈਟਲ ਹੈ ਮਿੰਦੋ ਤਹਿਸੀਲਦਾਰਨੀ, ਮੈਂ ਬਹੁਤ ਖੁਸ਼ ਹੋਇਆ ਕਿ ਮੇਲ ਡੋਮੀਨੇਟਡ ਫਿਲਮਾਂ ਤਾਂ ਬਣਦੀਆਂ ਨੇ ਲੇਕਿਨ ਔਰਤ ਦੇ ਨਾਂ 'ਤੇ ਨਹੀਂ ਫਿਲਮ ਬਣਦੀ। ਉੱਪਰੋਂ ਇਹ ਟਾਈਟਲ ਤੋਂ ਹੀ ਪਤਾ ਲੱਗਦਾ ਕਿ ਮਿੰਦੋ ਪਿੰਡ ਦੀ ਇੱਕ ਦੇਸੀ ਕੁੜੀ ਹੈ, ਤਾਂ ਹੀ ਉਹਦਾ ਨਾਮ ਮਿੰਦੋ ਹੈ। ਮਿੰਦੋ ਪੜ੍ਹ ਲਿਖ ਕੇ ਤਹਿਸੀਲਦਾਰ ਨਹੀਂ ਬਣੀ ਹੋਈ ਹੈ, ਕਿੰਨੀ ਸੋਹਣੀ ਗੱਲ ਹੈ। ਤੋ ਇੱਕ ਵੁਮਨ ਪਾਵਰ ਦਾ ਉਹਦਾ ਵੀ ਇੱਕ ਸੁਨੇਹਾ ਜਾਂਦਾ ਹੈ ਆਡੀਅੰਸ ਤੱਕ ਕਿ ਸਾਡੀਆਂ ਕੁੜੀਆਂ ਹੁਣ ਉਹ ਨਹੀਂ ਰਹੀਆਂ ਪਹਿਲਾਂ ਵਾਲੀਆਂ, ਪੜ੍ਹੀਆਂ ਲਿਖੀਆਂ ਨੇ। ਸੋ ਇਹ ਇੰਟਰਵਲ ਤੋਂ ਬਾਅਦ, ਹੁਣ ਇੰਟਰਵਲ ਤੱਕ ਤਾਂ ਹਾਸਾ ਮਜ਼ਾਕ ਬਹੁਤ ਸੋਹਣਾ ਚੱਲਿਆ, ਅੱਗੇ ਜਾ ਕੇ ਜਿਹੜੇ ਕਹਾਣੀ ਨੇ ਹੁਣ ਮੋੜ ਲੈਣੇ ਉਹ ਹੋਰ ਇੰਟਰਸਟਿੰਗ ਹੁੰਦੇ ਜਾਣਗੇ। ਗੱਲ ਕਰੀਏ ਅਗਰ ਤੁਹਾਡੇ ਰੋਲ ਦੀ, ਜਿਵੇਂ ਕਿ ਕਰਮਜੀਤ ਸਨ ਵੀ ਕਈ ਸਾਲਾਂ ਤੱਕ ਇੰਡਸਟਰੀ 'ਚ ਸਪੋਰਟਿੰਗ ਰੋਲ ਕੀਤਾ ਅਤੇ ਹੁਣ ਮੇਨ ਲੀਡ 'ਚ ਨਜ਼ਰ ਆ ਰਹੇ ਨੇ, ਉਦਾਂ ਹੀ ਤੁਸੀਂ ਵੀ ਕਈ ਸਾਲਾਂ ਤੋਂ ਸਪੋਰਟਿੰਗ ਰੋਲ ਕਰਦੇ ਜਾ ਰਹੇ ਹੋ, ਸੋ ਅੱਗੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਵੀ ਕਦੇ ਮੇਨ ਲੀਡ 'ਚ ਨਜ਼ਰ ਆਓਗੇ? ਦੇਖੋ ਕੀ ਹੁੰਦਾ, ਜਦੋਂ ਸਿਨੇਮਾ ਗਰੋ ਕਰਦਾ
ਉਸ ਤੋਂ ਇਹੋ ਜਿਹੀਆਂ ਕਹਾਣੀਆਂ ਵੀ ਲਿਖੀਆਂ ਜਾਂਦੀਆਂ ਨੇ ਜਿੱਥੇ ਮੇਰੀ ਏਜ ਦੇ ਬੰਦੇ ਸੈਂਟਰਲ ਕਰੈਕਟਰ ਕਰਦੇ ਨੇ। ਔਰ ਮੇਰੀ ਇਹੋ ਜਿਹੀ ਇੱਕ ਫਿਲਮ ਆ ਰਹੀ ਹੈ ਹੁਣ ਅਰਦਾਸ ਕਰਾਂ, ਉਹਦੇ 'ਚ ਤਿੰਨ ਕਰੈਕਟਰ ਨੇ ਮੈਚੋਰ, ਉਹਦੇ 'ਚ ਮੈਂ ਬਹੁਤ ਇੰਪੋਰਟੈਂਟ ਰੋਲ ਕਰ ਰਿਹਾ। ਉਹ ਇਹ ਹੈ ਕਿ ਹਾਂ ਵੀ ਲੱਗਦਾ ਹੁੰਦਾ ਕਿ ਹਾਂ ਵੀ ਸਾਡੇ ਵੀ ਕੰਧਿਆਂ 'ਤੇ ਭਾਰ ਫਿਲਮ ਦਾ ਹੈਗਾ, ਇਹਦੇ 'ਚ ਵੀ ਬੁਰਾ ਨਹੀਂ। ਇੱਥੇ ਤਾਂ ਮੈਂ ਕਹਿ ਰਹੀ ਤੁਹਾਡਾ ਕੈਰੈਕਟਰ ਇਜ਼ ਅ ਪਲੱਸ ਪੁਆਇੰਟ ਫੋਰ ਮੂਵੀ, ਕਿ ਬਹੁਤ ਇੰਟਰਸਟਿੰਗ, ਤੁਹਾਡਾ ਬਹੁਤ ਹੀ ਵਧੀਆ ਕੈਰੈਕਟਰ ਵੇਖਣ ਹੋਏ ਜੋ ਸਕਰੀਨ 'ਤੇ ਆਉਂਦੇ ਪਤਾ ਲੱਗਦਾ ਵਾ ਕਿ ਹਾਂ ਕੋਈ ਬੰਦਾ ਆਇਆ ਕੈਰੈਕਟਰ ਹੈ। ਨਹੀਂ ਅੱਗੇ ਵੀ ਇਸ ਤਰ੍ਹਾਂ ਹੀ ਹੈ, ਅੱਗੇ ਹੁਣ ਪਰਿਵਾਰ 'ਚ ਜਿਹੜੀਆਂ ਘਰ 'ਚ ਟੈਨਸ਼ਨ ਆਉਂਦੀਆਂ ਨੇ ਕਾਫੀ ਕੁਛ ਹੁੰਦਾ ਉੱਥੇ ਹਰ ਜਗ੍ਹਾ 'ਤੇ ਉਹ ਕੈਰੈਕਟਰ ਹੈ। ਇਹਦੇ 'ਚ ਤੁਸੀਂ ਹੁਣ ਤੱਕ ਦੇਖਿਆ ਹੀ ਹੈ, ਰਾਤ ਨੂੰ ਲੜਦਾ ਸਵੇਰੇ ਫਿਰ ਜਾ ਕੇ ਮੁੰਡੇ ਤਿਆਰ ਨਹੀਂ ਹੋਏ। ਸੰਗਰੂਰ ਵਾਲੇ ਦੀ ਕਿਊਟਨੈਸ, ਸੰਗਰੂਰ ਵਾਲੀ ਕਿਊਟਨੈਸ ਕਿਊਟਨੈਸ ਉਹ ਬਰਕਰਾਰ ਰਹੇਗੀ, ਔਰ ਇਮੋਸ਼ਨਸ ਜਿਹੜੇ ਆਪਦੇ ਭਤੀਜੇ ਨਾਲ, ਫੈਮਿਲੀ ਨਾਲ, ਭਰਜਾਈ ਨਾਲ, ਸਾਰਿਆਂ ਨਾਲ ਬਹੁਤ ਵਧੀਆ ਕਹਾਣੀ। ਅਸੀਂ ਉਮੀਦ ਕਰਦੇ ਹਾਂ ਸਰ ਕਿ ਮੂਵੀ ਸਭ ਨੂੰ ਬਹੁਤ ਪਸੰਦ ਆਵੇ, ਵੈਸੇ ਪਬਲਿਕ ਵੱਲੋਂ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਮੂਵੀ ਦੇ। 101% ਮੈਂ ਇਹਦੇ ਮਤਲਬ ਇਹ ਕਹਿ ਸਕਦਾ ਹੁਣ ਇੰਟਰਵਲ ਤੱਕ ਦੇਖਣ ਤੋਂ ਬਾਅਦ ਹੀ ਇਹ ਸਮਝ ਆ ਗਈ ਕਿ ਫਿਲਮ ਤਾਂ ਹਿੱਟ ਹੈ। ਥੈਂਕ ਯੂ ਸੋ ਮਚ ਸਰ ਐਂਡ ਕੰਗਰੈਚੁਲੇਸ਼ਨ। ਥੈਂਕ ਯੂ ਥੈਂਕ ਯੂ। ਸਾਡੇ ਨਾਲ ਮੌਜੂਦ ਨੇ ਮੂਵੀ ਦੀ ਦੋ ਸੋਹਣੀ ਸੋਹਣੀ ਹੀਰੋਇਨਸ ਜੋ ਕਿ ਆਪਸ 'ਚ ਡਿਸਕਸ ਕਰ ਰਹੇ ਕਿ ਕੌਣ ਸੋਹਣੀ ਲੱਗ ਅੱਛੀ ਲੱਗ ਰਿਹਾ। ਕੀ ਡਿਸਕਸ਼ਨ ਚੱਲ ਰਹੀ ਸੀ ਹੁਣ? ਯਹੀ ਡਿਸਕਸ਼ਨ ਚੱਲ ਰਿਹਾ ਕਿ ਹਮ ਦੋਨੋਂ ਬਹਿਨੇ ਹੈ ਨਾ ਔਨ ਸਕਰੀਨ, ਔਰ ਮੈਂ ਅਫਸਰ ਹੂੰ ਔਨ ਸਕਰੀਨ, ਔਰ ਇਸ ਕੀ ਸ਼ਾਦੀ ਹੋਈ ਹੈ, ਲੇਕਿਨ ਅਭੀ ਉਲਟਾ ਲੱਗ ਰਿਹਾ, ਯੇ ਲੱਗ ਰਿਹਾ ਕਿ ਅਭੀ ਕੋਈ ਜੱਜ ਵੱਜ ਫੈਸਲਾ ਸੁਣਾਉਣੇ ਜਾ ਰਹੀ ਹੈ, ਕੋਈ ਕੇਸ ਲੜਨੇ ਜਾ ਰਹੀ ਹੈ, ਔਰ ਮੈਂ ਸ਼ਾਦੀ ਮੈਂ ਜਾ ਰਹੀ ਹਾਂ। ਸੋ ਇਹ ਜੋ ਸਾਰਾ ਮੂਮੈਂਟ ਥਾ, ਸ਼ਾਦੀ ਵਾਲਾ ਸੀਨ ਥਾ, ਸਭ ਕੁਛ ਕਿਤਨਾ ਇੰਜੋਏ ਕੀਆ ਸਰ? ਬਹੁਤ ਇੰਜੋਏ ਕੀਆ, ਐਂਡ ਅਬ ਦੇਖ ਕੇ ਇਕਦਮ ਬਹੁਤ ਦਿਨ ਯਾਦ ਆ ਰਹੇ ਹੈ ਸ਼ੂਟਿੰਗ ਵਾਲੇ ਦਿਨ। ਕੀਤਾ ਇਨਫੈਕਟ ਜਿੰਨਾ ਅਸੀਂ ਸ਼ੂਟ ਕਰਦੇ ਹੋਏ ਇੰਜੋਏ ਕਰ ਰਹੇ ਸੀਗੇ, ਹੁਣ ਅਸੀਂ ਦੇਖ ਕੇ ਹੋਰ ਜ਼ਿਆਦਾ ਇੰਜੋਏ ਕਰ ਰਹੇ ਹਾਂ। ਸੋ ਆਈ ਐਮ ਸ਼ੋਰ ਲੋਕਾਂ ਨੂੰ ਬਹੁਤ ਪਸੰਦ ਆਊਗੀ ਫਿਲਮ। ਸੋ ਟ੍ਰੇਲਰ ਇੰਟਰਵਲ ਤੋਂ ਬਾਅਦ ਇਹਨਾਂ ਜੇਠ ਜੀ ਨੂੰ ਕਿੰਨਾ ਪਰੇਸ਼ਾਨ ਕਰਨ? ਹੁਣ ਤੁਸੀਂ ਦੇਖਦੇ ਜਾਓ, ਅਬ ਕਹਾਣੀ ਮੈਂ ਬਹੁਤ ਕੁਛ ਹੋਣੇ ਵਾਲਾ ਹੈ, ਦੇਖਦੇ ਜਾਓ। ਤੁਹਾਡੀ ਪਿਛਲੀ ਜਿਹੜੀ ਮੂਵੀ ਸੀ ਬਿੰਨੂ ਸਰ ਨਾਲ, ਉਹਨਾਂ ਉਹਦੇ 'ਚ ਵੀ ਤੁਹਾਡਾ ਇੱਕ ਬੜਾ ਅੜਬ ਜਿਹਾ, ਬੜਾ ਯੂਨੀਕ ਜਿਹਾ ਕੈਰੈਕਟਰ ਵੇਖਣ ਨੂੰ ਮਿਲਿਆ ਸੀ, ਇਹਦੇ 'ਚ ਵੀ ਕੁਛ ਇੱਦਾਂ ਦਾ ਹੀ ਕੈਰੈਕਟਰ ਵੇਖਣ ਨੂੰ ਮਿਲ ਰਿਹਾ। ਸੋ ਤੁਹਾਨੂੰ ਲੱਗ ਰਿਹਾ ਕਿ ਕੈਰੈਕਟਰ ਦੀ ਇੱਕ ਸਿਮਿਲੈਰਿਟੀ ਜੀ ਲੱਗ ਰਹੀ? ਹਾਂ, ਅਭੀ ਆਪ ਦੇਖੀਏ ਤੋ ਪਤਾ ਲੱਗੇਗਾ, ਅਭੀ ਤੋ ਫਿਲਮ ਸਟਾਰਟ ਹੋਈ ਹੈ, ਅਸਲੀ ਕਹਾਣੀ ਅਬ ਇੰਟਰਵਲ ਕੇ ਬਾਅਦ ਸਟਾਰਟ ਹੋਤੀ ਹੈ, ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹਤੀ ਹੈ ਕਿ ਕੁਛ ਕੁਛ ਅਲੱਗ ਅਲੱਗ ਕਹਾਣੀ, ਅਲੱਗ ਕਿਰਦਾਰ ਲੈ ਕੇ ਆਊਂ। ਤੋ ਅਬ ਦੇਖੋ ਤਹਿਸੀਲਦਾਰ ਨੇ ਅਭੀ ਕਿਆ ਕਰਤੀ ਆ ਗਈ। ਮਲੀਸ਼ਾ ਮੈਮ, ਰਾਜਵੀਰ ਸਰ ਨਾਲ ਤੁਹਾਡੀ ਪੇਅਰਿੰਗ ਹੋਈ, ਉਹਨਾਂ ਦੀ ਆਲਰੇਡੀ ਡੈਬਿਊ ਮੂਵੀ ਹਾਲੇ ਰਿਲੀਜ਼ ਹੋਈ ਸੀ, ਇਸ ਦੇ ਨਾਲ ਸੈਕਿੰਡ ਮੂਵੀ ਹੈ, ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਕੰਮ? ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਐਕਸਪੀਰੀਅੰਸ ਹੈ, ਐਂਡ ਆਈ ਐਮ ਵੈਰੀ ਵੈਰੀ ਹੈਪੀ ਦੈਟ ਹੀ ਇਜ਼ ਇਨ ਦ ਫਿਲਮ ਵਿਦ ਮੀ, ਐਂਡ ਮੈਨੂੰ ਲੱਗਦਾ ਹੈ ਕਿ ਬਹੁਤ ਚੰਗਾ ਐਕਸਪੀਰੀਅੰਸ ਰਿਹਾ ਫਿਲਮ ਦੇ ਵਿੱਚ ਵੀ। ਹੁਣ ਵੀ ਮੈਂ ਦੇਖ ਰਹੀ ਹਾਂ ਸਾਡੀ ਜੋੜੀ ਆਲਰੇਡੀ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ, ਸੋ ਮੈਨੂੰ ਵੀ ਬਹੁਤ ਚੰਗੀ ਲੱਗ ਰਹੀ ਹੈ, ਸੋ ਆਮ ਵੈਰੀ ਹੈਪੀ ਐਂਡ ਐਕਸਾਈਟਡ, ਐਂਡ ਆਈ ਹੈਡ ਅ ਵੈਰੀ ਗੁੱਡ ਐਕਸਪੀਰੀਅੰਸ। ਸੋ ਹੁਣ ਆਪਾਂ ਬਾਕੀ ਦੀ ਮੂਵੀ ਦੇਖਦੇ ਅਤੇ ਉਸ ਤੋਂ ਬਾਅਦ ਦੇਖਦੇ ਮਿੰਦੋ ਤਹਿਸੀਲਦਾਰ ਨੇ ਹੁਣ ਕਿੰਨਾ ਰੌਬ ਜਮਾ। ਜੀ ਜੀ, ਹੁਣ ਤੁਸੀਂ ਦੇਖਿਓ ਐਕਚੁਲੀ ਸ਼ੀ ਇਜ਼ ਰਾਈਟ ਕਿ ਹੁਣ ਅਸਲੀ ਫਿਲਮ ਤਾਂ ਹੁਣ ਸ਼ੁਰੂ ਹੋਊਗੀ, ਕਿਉਂਕਿ ਅਸਲੇ ਹੁਣ ਬੜੇ ਸਾਰੇ ਟਵਿਸਟ ਆਉਣਗੇ ਜੋ ਆਈ ਥਿੰਕ ਆਈ ਐਮ ਸ਼ੋਰ ਲੋਕ ਬਹੁਤ ਪਸੰਦ ਕਰਨਗੇ। ਸੋ ਬਾਕੀ ਦੀ ਫਿਲਮ ਦੇਖੀ, ਉਸ ਤੋਂ ਬਾਅਦ ਅਸੀਂ ਡਿਸਕਸ਼ਨ ਕਰਾਂਗੇ। ਥੈਂਕ ਯੂ ਸੋ ਮਚ। ਸਮਝ ਨਹੀਂ ਆਉਂਦੀ ਕਿਹੜਾ ਨਖਰਾ ਸਲਾਮਾ, ਮੇਰੇ ਸੁਪਨੇ 'ਚ ਆਉਂਦੀ ਹੈ ਨਾ ਤੂੰ ਜਮਾ ਉਹਦੇ ਵਰਗੀ। ਕੱਲ ਤੇਰੀ ਮੈਂ ਦੋ ਤਹਿਸੀਲਦਾਰਨੀ ਨਾਲ ਟਰਾਈਆਂ ਤੋਂ ਇੱਧਰ ਮਰੀ ਜਾਂਦਾ। ਬਾਈ ਉਹ ਬੰਦਾ ਹੀ ਕਾਹਦਾ ਜਿਹਨੇ ਭਾਈ ਦੀ ਸਾਲੀ ਤੇ ਟਰਾਈ ਨਾ ਮਾਰੀ ਹੋਵੇ। ਸਾਰੇ ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕੱਲ ਨੂੰ ਆਪਣੇ ਪਿੰਡ ਮੈਂ ਦੋ ਤਹਿਸੀਲਦਾਰਨੀ ਆ ਰਹੀ ਹੈ ਭਾਈ। ਡਮਰੂ ਨਹੀਂ ਖਾਣਾ, ਵਜਾਉਣਾ ਨੀ, ਮੈਂ ਠੰਡਾ ਕਰਕੇ ਖਾਣਾ ਹੁੰਦਾ ਜੀ। ਇਹਨਾਂ ਦੀ ਜ਼ਮੀਨ ਨੂੰ ਕੋਈ ਸਰਕਾਰੀ ਰਸਤਾ ਨਹੀਂ ਲੱਗਦਾ ਜੀ, ਨਾ ਕੋਈ ਟਰੈਕਟਰ ਜਾ ਸਕਦਾ, ਬਸ ਇਕੱਲਾ ਹੈਲੀਕਾਪਟਰ ਹੀ ਜਾ ਸਕਦਾ ਜੀ। ਨਾ ਹੁਣ ਮੈਂ ਹੈਲੀਕਾਪਟਰ ਲੈ ਕੇ ਦੇਵਾਂ ਇਹਨਾਂ ਨੂੰ? ਨਾ ਜੀ, ਉਹ ਤਾਂ ਇਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਜੀ।
सो जी फाइनली मूवी के जो मेन हीरो ने साडे नाल जुड़ चुके हैं करमजीत अनमोल, सत श्री अकाल। सत श्री अकाल जी। सर थोड़ी मूवी आ चुकी मिंदो तहसीलदानी, फाइनली हुण वड्डे पर्दे ते रिलीज़ हो चुकी, मेन लीड च असीं करमजीत अनमोल नूं देख रहे, दैट्स अ बिग डील। फाइनली मैं तुहानूं पिछली बार भी पुछिया सी सर मेन लीड च कदों वेखण नूं मिलोंगे, हुण फाइनली उह मौका आ चुका है। सो मूवी दा फर्स्ट हाफ दी गल करिए तां बहुत बेहतरीन है, थोड़ा कैरेक्टर बहुत बेहतरीन लग रहा है। सो तुहानूं की लग रहा है कि हाँ हुण फाइनली मेन लीड जाके मूवी दी कमान तुसीं संभालिए ते किन्ना को वधिया लग रहा इत्थे बैठ के? बहुत अच्छा लग रहा है जी, कल्ला मैं ही नहीं मेन लीड च, हर एक करैक्टर साडा मेन लीड है जी। जे तुसीं सोही साहब दा कम देखोगे उह तुहानूं हीरो लगणगे, रौनी साहब देखोगे, जवंदा देखोगे, सारे जिन्हें भी जिन्हों भी देखोगे तुहानूं हीरो लगणगे फिल्म दे, क्योंकि साडी करैक्टर्स दी फिल्म है। सारे करैक्टर जदों आउंदे जांदे आ पात्र तां अच्छे लगदे आ सारे, उह अपने आप च सारे हीरो ने। ते गल करी कविता मैम दी, कविता मैम नाल थोड़ी केमिस्ट्री वेखण नूं मिल रही है, ते कविता मैम इंडस्ट्री च ऑलरेडी बहुत पुराने, तुसीं भी बहुत पुराने, बट फाइनली थोड़ी दोनों दी फाइनली मैचिंग देखण नूं मिल रही है। सो उन्हां नाल काम करन दा एक्सपीरियंस किदा? बहुत वधिया रहा जी, बड़े सपोर्टिव ने, उह बड़ा सपोर्ट कीती उन्होंने, और सारा जिन्ना भी शूट होया साडा बड़ा वधिया तरीके नाल होया, बड़ी खुशी खुशी असीं सारा निपरे जाणे जी। ਤੁਹਾਡੀ ਪ੍ਰੋਡਕਸ਼ਨ ਹਾਊਸ 'ਚ ਵੀ ਮੂਵੀ ਬਣੀ ਹੈ, ਪਲੱਸ ਤੁਸੀਂ ਪ੍ਰੋਡਿਊਸਰ ਵੀ ਹੋ, ਮੇਨ ਲੀਡ 'ਚ ਹੋਏ, ਸੋ ਕਿੰਨਾ ਪ੍ਰੈਸ਼ਰ ਸੀ ਇਸ ਮੂਵੀ ਨੂੰ ਲੈ ਕੇ ਅਤੇ ਕਿੰਨੀ ਧੱਕ ਧੱਕ ਹੋ ਰਹੀ ਸੀ ਦਿਲ 'ਚ ਇਹਦੀ ਰਿਲੀਜ਼ ਤੋਂ? ਪ੍ਰੈਸ਼ਰ ਤਾਂ ਸੀਗਾ, ਪਰ ਮੇਰੇ ਨਾਲ ਦੇ ਜਿਹੜੇ ਸਹਿਯੋਗੀ ਨੇ ਮੈਨੂੰ ਪ੍ਰੈਸ਼ਰ ਦੇ ਵਿੱਚ ਆਉਣ ਨਹੀਂ ਦਿੱਤਾ, ਕਿਉਂਕਿ ਉਹਨਾਂ ਨੇ ਜਿੰਨੀ ਵੀ ਟੈਨਸ਼ਨਾਂ ਸੀਗੀਆਂ ਸਾਰੀਆਂ ਆਪਣੇ ਮੋਢਿਆਂ 'ਤੇ, ਰਣਜੀਤ ਸਿੰਗਲਾ ਹੋਣੀ, ਪਵਿੱਤਰ ਹੋਣੀ, ਮੌਂਟੀ ਬੈਨੀਪਾਲ ਸਾਰੇ, ਜਾਂ ਜਿੰਨੇ ਵੀ ਆਪਣੇ ਐਕਟਰ ਨੇ, ਸਾਰਿਆਂ ਨੇ ਮੈਨੂੰ ਕੋਈ ਟੈਨਸ਼ਨ ਆਉਣੀ ਨਹੀਂ ਦਿੱਤੀ, ਸਾਰਾ ਭਾਰ ਆਪਣੇ ਮੋਢਿਆਂ 'ਤੇ ਰੱਖੀ ਰੱਖਿਆ। ਕੀ ਲੱਗਦਾ ਕਿ ਇੱਕ ਤਾਂ ਤੁਹਾਡੀ ਮੂਵੀ ਦੀ ਸਭ ਤੋਂ ਪਲੱਸ ਪੁਆਇੰਟ ਮੈਨੂੰ ਕੀ ਲੱਗਿਆ? ਮੂਵੀ ਦਾ ਟਾਈਟਲ ਜੋ ਕਿ ਮਿੰਦੋ ਤਹਿਸੀਲਦਾਨੀ, ਪਹਿਲੀ ਗੱਲ ਤਾਂ ਇਹ ਸੋਚਿਆ ਕਿਵੇਂ ਤੁਸੀਂ ਕਿ ਕੁੜੀ ਦੇ ਨਾਮ 'ਤੇ ਆਪਾਂ ਮੂਵੀ ਦਾ ਟਾਈਟਲ? ਇਹ ਅਵਤਾਰ ਸਿੰਘ ਨੇ ਜਦੋਂ ਸਟੋਰੀ ਸੁਣਾਈ ਸੀ, ਮੈਂ ਪਹਿਲੀ ਝੱਟ ਦੇ ਵਿੱਚ ਜਦੋਂ ਸੁਣਿਆ ਉਦੋਂ ਹੀ ਮੈਂ ਇਹਨੂੰ ਹਾਂ ਕਰਤੀ ਸੀ ਕਿ ਆਪਾਂ ਕਰਾਂਗੇ। ਹਾਂਜੀ, ਕੀ ਲੱਗਦਾ ਹੁਣ ਮੂਵੀ ਫੈਨਸ ਨੂੰ ਕਿਉਂ ਪਸੰਦ ਹੈਗੀ, ਕੀ ਮੈਸੇਜ ਮੂਵੀ 'ਚੋਂ ਮਿਲੇਗਾ? ਕਿਉਂਕਿ ਪਰਿਵਾਰਕ ਮੂਵੀ ਹੈ ਜੀ, ਤੁਹਾਨੂੰ ਆਪਣੇ ਕਲਚਰ ਦੀਆਂ ਇਹੋ ਜਿਹੀਆਂ ਗੱਲਾਂ ਜਾਂ ਇਹੋ ਜਿਹੇ ਸ਼ਬਦ ਵੀ ਮਿਲਣਗੇ ਜਿਹੜੇ ਅਸੀਂ ਵਿਸਰ ਚੁੱਕੇ ਸਾਡੇ ਤੋਂ ਪੰਜਾਬੀ ਦੇ ਵਿੱਚ, ਔਰ ਰਿਸ਼ਤਿਆਂ ਦੀ ਫਿਲਮ ਹੈ ਜੀ, ਔਰ ਫੈਮਿਲੀ ਵੈਲਿਊਜ਼ ਬਾਰੇ ਪਤਾ ਲੱਗੂਗਾ, ਇਹ ਤਾਂ ਕਰਕੇ ਲੋਕ ਜ਼ਰੂਰ ਦੇਖਣਗੇ। ਥੈਂਕ ਯੂ ਸੋ ਮਚ ਸਰ, ਕੰਗਰੈਚੁਲੇਸ਼ਨ। ਥੈਂਕ ਯੂ। ਪੂਰੇ ਪੰਜ ਹਾਂਜੀ, ਬਹੁਤ ਅੱਛੀ ਲੱਗੀ, 5 ਬਹੁਤ ਅੱਛੀ ਹੈ, ਬਹੁਤ ਅੱਛੀ, 5 ਬਹੁਤ ਘੈਂਟ, 5 ਸਰ, ਬਹੁਤ ਵਧੀਆ, ਬੁੱਕਰ ਬਹੁਤ ਬਹੁਤ ਸੋਹਣੀ ਮੂਵੀ ਹੈ ਜੀ, 10 ਚੋਂ 10। ਬਹੁਤ ਹੀ ਵਧੀਆ ਲੱਗੀ ਜੀ, 5 ਦੇ 5। ਬਹੁਤ ਵਧੀਆ ਕਨਸੈਪਟ ਆ ਜੀ, ਵਧੀਆ ਸਟੋਰੀ ਹੈ, ਅਤੇ ਬਾਈ ਕਰਮਜੀਤ ਦਾ ਵਧੀਆ ਰੋਲ ਹੈਗਾ, ਸਾਰਿਆਂ ਨੇ ਵਧੀਆ ਕਿਰਦਾਰ ਨਿਭਾਇਆ ਹੈਗਾ, ਪੂਰੀ 5 ਚੋਂ 5 ਹੀ ਦੇਵਾਂਗੇ ਜੀ। ਸੁਪਰ ਤੋਂ ਵੀ ਉੱਪਰ ਮੂਵੀ ਜੀ, 5 ਚੋਂ 5 100 ਨੰਬਰ। ਬਹੁਤ ਵਧੀਆ ਜੀ, ਬਹੁਤ ਵਧੀਆ, 5 ਚੋਂ 5.5। ਅੱਛਾ ਅੱਛਾ ਅੱਛਾ, ਬਹੁਤ ਵਧੀਆ, 5 ਤੋਂ ਵੀ ਵੱਧ ਹੀ ਦੇਵਾਂਗੇ। ਬਹੁਤ ਵਧੀਆ ਜੀ, ਬਹੁਤ ਵਧੀਆ ਰੇਟਿੰਗ ਜੀ, ਜਿੰਨੀ ਹੈਗੀ ਰੇਟਿੰਗ ਸਾਰੀ ਦੇ ਦੂੰ ਮੈਂ ਤਾਂ ਜੀ, 5 ਚੋਂ 5। ਤੁਹਾਡੀ ਮੈਂ ਸਪੈਸ਼ਲ ਬੈਠ ਲੈਣੀ। ਸੋ ਸਰ ਮੂਵੀ ਹੁਣ ਫਾਈਨਲੀ ਖਤਮ ਹੋ ਚੁੱਕੀ, ਕਿੱਦਾਂ ਲੱਗੀ? ਬਹੁਤ ਵਧੀਆ ਜੀ, ਮੈਂ ਐਕਚੁਅਲੀ ਇੰਨਾ ਐਕਸਪੈਕਟ ਨਹੀਂ ਸੀ ਕੀਤਾ, ਮੈਨੂੰ ਲੱਗਦਾ ਸੀ ਵੀ ਲਾਫਟਰ ਲਾਫਟਰ ਹੀ ਹੋਏਗਾ, ਬਟ ਫਿਲਮ ਦੇ ਵਿੱਚ ਹੋਰ ਬਹੁਤ ਕੁਛ ਹੈ, ਇਮੋਸ਼ਨਸ ਨੇ ਅਤੇ ਗਾਣੇ ਤਾਂ ਹੈਗੇ ਹੀ ਆ, ਮਿਊਜ਼ਿਕ ਇੰਨਾ ਵਧੀਆ, ਐਕਸ਼ਨ ਆ। ਫਾਈਨਲੀ ਕਰਮਜੀਤ ਸਰ ਲੀਡ ਰੋਲ 'ਚ ਹੁਣ ਆ ਚੁੱਕੇ ਨੇ, ਸੋ ਤੁਹਾਨੂੰ ਕੀ ਲੱਗਾ ਕਿ ਭਾਜੀ ਪਹਿਲੀ ਸਾਡੇ ਹੀਰੋ ਨੇ? ਉਹ ਹਰ ਰੰਗ 'ਚ ਬਹੁਤ ਵਧੀਆ ਲੱਗਦੇ ਆ, ਈਵਨ ਇਹਦੇ 'ਚ ਵੀ ਦੇਖ ਲਓ ਹੁਣ ਤਾਂ ਜੀ, ਕਮਾਲ ਕਰਤੀ। ਮੈਂ ਪਹਿਲੀ ਵਾਰ ਸਰ ਦਾ ਇਮੋਸ਼ਨਲ ਸਾਈਡ ਵੇਖਿਆ ਸਕਰੀਨ 'ਤੇ, ਸੋ ਤੁਹਾਨੂੰ ਵੀ ਉਹ ਫੀਲ ਹੋਇਆ ਮਤਲਬ ਇਮੋਸ਼ਨਲ? ਮੈਂ ਤਾਂ ਕਦੇ ਵੀ ਸ਼ੱਕ ਨਹੀਂ ਸੀ ਇਸ ਕੈਪੇਬਿਲਿਟੀ 'ਤੇ ਉਹਨਾਂ ਦੇ, ਅਤੇ ਅੱਜ ਕਮਾਲ ਕਰਤੀ ਆ। ਦੇਖ ਮੂਵੀ ਦੇ ਕਨਸੈਪਟ ਦੀ ਗੱਲ ਕਰੀ ਸੀ, ਮੂਵੀ ਦਾ ਕਨਸੈਪਟ ਬਹੁਤ ਵੱਖਰਾ ਲੱਗ ਰਿਹਾ, ਸੋ ਤੁਹਾਨੂੰ ਕੀ ਲੱਗਦਾ ਆਡੀਅੰਸ ਨੂੰ ਕਿੰਨਾ ਪਸੰਦ ਆ? ਬਿਲਕੁਲ ਆਏਗੀ ਜੀ, ਔਰ ਹੁਣ ਤਾਂ ਮੇਰੇ ਕੱਲ੍ਹ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਤੱਕ ਤਾਂ, ਵੀ ਸਾਰੇ ਪਾਸੇ ਹਾਊਸਫੁੱਲ ਦੀਆਂ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰੀ ਟੀਮ ਨੂੰ। ਤੁਹਾਡੀ ਗੱਲ ਕਰੀਏ, ਤੁਸੀਂ ਅਗਲੀ ਮੂਵੀ ਕਦੋਂ ਲੈ ਕੇ ਆਉਂਗੇ? ਵੇਟ ਕਰਦੇ ਹਾਂ ਥੋੜ੍ਹੀ, ਸਾਡੇ ਤੋਂ ਵੇਟ ਨਹੀਂ ਹੁੰਦੀ। ਵੈਲ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਇੱਧਰ ਵੀ ਆ ਗਈ ਤਹਿਸੀਲਦਾਰਨੀਆਂ, ਆ ਗਿਆ ਤਹਿਸੀਲਦਾਰਨੀਆਂ, ਹਾਂਜੀ ਤਹਿਸੀਲਦਾਰਨੀਆਂ, ਕੀ ਖਿਆਲ ਨੇ ਮੂਵੀ ਬਾਰੇ?
ਮੂਵੀ ਬਹੁਤ ਸੋਹਣੀ ਹੈ ਜੀ, ਬਹੁਤ ਅੱਛੀ ਫਿਲਮ ਹੈ, ਸੱਭਿਆਚਾਰਕ ਫਿਲਮ ਹੈ, ਪਰਿਵਾਰ ਦੇ ਦੇਖਣ ਵਾਲੀ ਫਿਲਮ ਹੈ, ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਫਿਲਮ, ਟੋਟਲ ਫਿਲਮ ਹੈ, ਫਿਲਮ 'ਚ ਕਾਮੇਡੀ ਵੀ ਹੈ, ਐਕਸ਼ਨ ਵੀ ਹੈ, ਇਮੋਸ਼ਨ ਵੀ ਹੈ, ਸੋ ਮਤਲਬ ਇਹ ਨਹੀਂ ਹੈਗਾ ਇਕੱਲੀ ਕਾਮੇਡੀ ਕਮੋਡੀ ਹੈ, ਅੱਛਾ ਮੈਸੇਜ ਦਿੰਦੀ ਹੈ ਫਿਲਮ, ਸੋ ਸਾਡੀ ਜਿਹੜੇ ਆਡੀਅੰਸ ਫਿਲਮ ਜ਼ਰੂਰ ਮੇਰੀ ਕੁੜਮਣੀ ਨੇ ਸਾਰਾ ਕੁਝ ਕਹਿਤਾ, ਹੁਣ ਮੈਂ ਕੀ ਕਹਾਂ, ਮੈਂ ਆਪਣੀ ਕੁੜਮਣੀ ਦੀ ਜਨਰੇਸ਼ਨ ਲਈ ਬਹੁਤ ਅੱਛਾ ਮੈਸੇਜ ਹੈ, ਸਾਰਿਆਂ ਨੂੰ ਜ਼ਰੂਰ ਦੇ ਸਕਦੇ ਹੋ। ਆਲਰੇਡੀ ਵਿਆਹ ਵਾਲਾ ਮਾਹੌਲ ਬਣਿਆ ਇਹਨਾਂ ਦਾ। ਵੈਲ ਮੂਵੀ ਦਾ ਅਗਰ ਗੱਲ ਕਰੀ, ਮੂਵੀ ਜ਼ਿਆਦਾਤਰ ਮੈਨੂੰ ਵੁਮੈਨ ਓਰੀਐਂਟਿਡ ਲੱਗੀ ਹੈ ਮੂਵੀ, ਕਿ ਮੂਵੀ ਦਾ ਨੇਮ ਵੀ ਵੁਮੈਨ ਓਰੀਐਂਟਿਡ ਲੱਗਾ, ਸੋ ਮੂਵੀ ਦਾ ਵੀ ਵੁਮੈਨ ਓਰੀਐਂਟਿਡ ਹੈ, ਸੋ ਬਹੁਤ ਸੋਹਣਾ ਮੈਸੇਜ ਹੈ ਕੁੜੀਆਂ ਨੂੰ ਕਿ ਪੜ੍ਹ ਲਿਖ ਕੇ ਦੇਖੋ ਕਿਵੇਂ ਫਿਰ ਵੀ ਇੱਕ ਪਰਿਵਾਰਿਕ ਜਿਹੜੇ ਸੰਸਕਾਰ ਨੇ ਉਹ ਮਿੰਦਰ ਤਹਿਸੀਲਦਾਰ ਨੇ 'ਚ ਬਹੁਤ ਅੱਛੇ ਤਰੀਕੇ ਨਾਲ ਦਿਖਾਏ ਗਏ ਨੇ, ਸੋ ਬਹੁਤ ਕੁਝ ਸਿੱਖਣ ਨੂੰ ਵੀ ਹੈ, ਮੈਸੇਜ ਵੀ ਹੈ, ਬਹੁਤ ਪਿਆਰੀ ਫਿਲਮ ਹੈ, ਸਾਰੇ ਜ਼ਰੂਰ ਜਾਓ ਦੇਖਣ। ਬਿਲਕੁਲ ਜ਼ਰੂਰ, ਇਕੱਠੇ ਮਿਲ ਕੇ ਰਿਕੁਐਸਟ ਕਰੋ ਵੀ ਮਿੰਦਰ ਤਹਿਸੀਲਦਾਰ ਪਲੀਜ਼ 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 ਸਾਰੇ ਜ਼ਰੂਰ ਦੇਖਣ ਜਾਇਓ, ਬਹੁਤ ਅੱਛੀ ਪਿਕਚਰ ਹੈ। ਮਿੰਦਰ ਤਹਿਸੀਲਦਾਰੀ ਸਾਰੇ ਨੇ ਵੇਖਣੀ ਹੈ। ਹਾਂ ਤਾਂ ਫਿਰ ਭਾਈ ਕਿਸੇ ਲੱਗੀ ਮੂਵੀ? ਮਨ ਤਾਂ ਗਣੀ ਚੋਖੀ ਲਾ ਕੇ ਸਰ। ਪਿਛਲੀ ਮੂਵੀ ਮੈਂ ਪਾਕਿਸਤਾਨੀ, ਇਸ ਮੂਵੀ ਮੇਰੀ ਆਣਵੀ ਕੋਈ ਮਤਲਬ ਕਿਸ ਦੇਸ਼ ਮੇਂ ਤਾ ਹੋ, ਪਹਿਲਾਂ ਤੈਨੂੰ ਬਤਾਓ। ਬਲੈਕੀਆ ਚ ਭਾਉਦਾ ਕਰਿਆ ਸੀਗਾ, ਮਾਝੀ ਬੋਲੀ ਸੀਗੀ ਹੈ ਨਾ, ਡਾਕੂਆਂ ਦੇ ਮੁੰਡੇ ਚ ਪੁਆਧੀ ਬੋਲੀ ਸੀ, ਆਪਾਂ ਤਾਂ ਅਲੱਗ ਅਲੱਗ ਬੋਲੀਆਂ ਦਾ ਐਕਸਪੀਰੀਅੰਸ ਕਰ ਰਹੇ ਹਾਂ। ਮੈਨੂੰ ਲੱਗਦਾ ਤੁਸੀਂ ਸਕੂਲ ਜਾਣ ਵਾਲਾ ਐਕਸਪੀਰੀਅੰਸ ਹੁਣ ਪੂਰੇ ਕਰ ਰਹੇ, ਸਾਰੇ ਲੈਂਗੁਏਜਸ ਹੁਣ ਸਿੱਖ। ਹਾਂਜੀ ਹਾਂਜੀ। ਕਰਮਜੀਤ ਅਨਮੋਲ ਨਾਲ ਕੰਮ ਕਰਨ ਦਾ ਕਿੱਦਾਂ ਐਕਸਪੀਰੀਅੰਸ? ਬਹੁਤ ਸੋਹਣਾ ਲੱਗਾ ਜੀ, ਬਹੁਤ ਸੋਹਣਾ ਨਾ ਬਾਈ ਦਾ, ਬਹੁਤ ਸੋਹਣਾ ਕੰਮ ਹੈ ਜੀ। ਸੋ ਮੂਵੀ ਤੋਂ ਕੀ ਐਕਸਪੈਕਟੇਸ਼ਨਸ ਹੈ ਕਿ ਫੈਨਸ ਨੂੰ ਕਿਵੇਂ ਪਸੰਦ ਆਉਣ ਵਾਲੀ? ਹਾਂਜੀ, ਮੂਵੀ ਤੋਂ ਕੀ ਐਕਸਪੈਕਟੇਸ਼ਨ ਹੈ ਕਿਵੇਂ ਪਸੰਦ ਆਉਣ ਵਾਲੀ ਫੈਨਸ? ਬਹੁਤ ਐਕਸਪੈਕਟੇਸ਼ਨਾਂ ਦਾ ਐਕਸਪੈਕਟੇਸ਼ਨ ਤਾਂ ਬਹੁਤ ਜ਼ਿਆਦਾ ਹੈ, ਹੈ ਨਾ, ਵੀ ਇਹੀ ਚਾਹੁੰਦੇ ਹਾਂ ਵੀ ਸਾਰੇ ਜਣੇ ਦੇਖ ਕੇ ਆਉਣ, ਦੱਸਣ ਵੀ ਕਿੱਦਾਂ ਦਾ ਲੱਗਿਆ, ਕਿੱਦਾਂ ਦਾ ਹਰ, ਕਿਉਂਕਿ ਹਰ ਕਰੈਕਟਰ ਨੇ ਇੱਕ ਆਪਦਾ ਆਪਦਾ ਕਿਰਦਾਰ ਬਖੂਬੀ ਨਿਭਾਇਆ ਇਹਦੇ ਵਿੱਚ। ਥੈਂਕ ਯੂ ਸੋ ਮਚ ਸਰ, ਐਂਡ ਕੰਗਰੈਚੁਲੇਸ਼ਨ ਫੋਰ ਯੂਰ ਕੈਰੀਅਰ। ਥੈਂਕ ਯੂ ਜੀ। ਬਹੁਤ ਵਧੀਆ ਪਿਕਚਰ ਹੈ, ਫੈਮਿਲੀ ਪਿਕਚਰ, ਐਕਟਿੰਗ ਕਰਮਜੀਤ ਅਨਮੋਲ ਜੀ ਕੀ ਉਦੋਂ ਸਿਰੇ ਹੀ ਹੈ, 100 ਮੇਂ ਸੇ 100 ਹੀ ਹੈ ਉਦੋਂ। ਮੂਵੀ ਬਹੁਤ ਵਧੀਆ, ਸੌਂਗਿੰਗ ਬਹੁਤ ਵਧੀਆ, ਕਰੈਕਟਰ ਬਹੁਤ ਵਧੀਆ, ਵੈਸੇ 10/10 ਦਸ ਵਟਾ ਦਸ ਬਹੁਤ ਵਧੀਆ ਮੂਵੀ, ਬਹੁਤ ਵਧੀਆ ਲੱਗੀ ਪੁੱਤ, ਅੱਛੀ ਲਈ 10/10 ਨੰਬਰ ਦਊਗੀ। ਸਿਰਾ ਜੀ, ਸਿਰਾ ਮੂਵੀ ਬਣਾਈ ਵੀ ਹੈ ਜੀ, ਕਰਮਜੀਤ ਭਾਅ ਜੀ ਦਾ ਰੋਲ ਔਸਮ ਹੈ ਜੀ, ਨੰਬਰ ਦੇਣੇ ਹੋਊਗੇ ਜੀ, 10/100 ਦਊਂਗਾ ਜੀ, 100/100। ਬਹੁਤ ਵਧੀਆ ਲੱਗੀ। ਮੈਂ ਕਹਿਣਾ ਚਾਹੂੰਗੀ ਕਿ ਇਹ ਮੇਰੇ ਪਾਪਾ ਦੀ ਫਿਲਮ ਹੈ, ਕਰਮਜੀਤ ਅਨਮੋਲ ਨੇ ਪ੍ਰੋਡਿਊਸ ਕੀਤੀ ਹੈ, ਅਤੇ ਮੈਂ ਵੀ ਸੀਗੀ, ਇਹ ਬਹੁਤ ਅੱਛੀ ਮੂਵੀ ਹੈ, ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗੀ ਦੋਸਤੋ ਪਲੀਜ਼ ਦੇਖਣ ਜਾਓ ਮਿੰਦੋ ਤਹਿਸੀਲਦਾਰ ਨੇ। ਬਹੁਤ ਸੋਹਣੀ ਜੀ, ਬਹੁਤ ਵਧੀਆ, ਕਰਮਜੀਤ ਅਨਮੋਲ ਦੀ 5/5। ਐਕਸਲੈਂਟ ਮੂਵੀ ਹੈ ਮੈਮ, 5/5 ਫੈਮਿਲੀ ਮੂਵੀ, ਬਹੁਤ ਅੱਛੀ ਲੱਗੀ, 5/5 ਪੂਰੇ। ਆਹ ਮੇਰੇ ਪਿੰਡ ਦਾ ਕੰਮ ਹੈ ਜੀ, ਉਹਦੀ ਫਾਈਲ ਫੜੋ ਜੀ। ਤਾਂ ਮੈਂ ਕੀ ਫਾਈਲ ਨੂੰ ਮੱਥਾ ਟੇਕਾਂ? ਮੱਥਾ ਟੇਕਣ ਨੂੰ ਕਿਹੜਾ ਹੈ, ਜਿਉਣੇ ਮੌੜ ਦੀ ਸਮਾਧ ਹੈ ਜੀ, ਮਖੌਲ ਨਾ ਕਰੋ ਜੀ, ਤੁਸੀਂ ਕੰਮ ਕਰੋ ਮੇਰਾ। ਤੈਨੂੰ ਮੇਰਾ ਕੰਮ ਮਖੌਲ ਲੱਗਦਾ? ਮੈਂ ਇੱਥੇ ਮਜ਼ਾਕ ਕਰ ਰਹੀ ਹਾਂ, ਅਨਪੜ ਗਵਾਰ ਲੋਕ ਆ ਜਾਂਦੇ ਨੇ ਮੂੰਹ ਚੱਕ ਕੇ। ਜਿਹਦੇ ਕਰਕੇ ਖੜਕ ਦੀਆਂ ਡਾਂਗਾਂ ਭਾਈ, ਤੂੰ ਫੌਜ ਮੈਂ ਕਿਉਂ ਨਹੀਂ ਭਰਤੀ ਹੋਏ ਤੱਕ, ਸਰੀਰ ਤੋਂ ਤੇਰਾ ਵੀ ਗਣਾ ਚੌੜਾ ਲੱਗ ਗਿਆ ਸੀ। ਕੱਲੇ ਚੌੜੇ ਨਾਲ ਨਹੀਂ ਨਾ ਕੰਮ ਚੱਲਦਾ ਬਾਈ, ਕੱਦ ਕਾਠ ਵੀ ਹੋਣਾ ਚਾਹੀਦਾ, ਮੱਝ ਦੀ ਧਾਰ ਤਾਂ ਖੜਾ ਹੋ ਕੇ ਕੱਢਦਾ। ਸੋ ਜੀ ਫਾਈਨਲੀ ਹੁਣ ਮੂਵੀ ਓਵਰ ਹੋ ਚੁੱਕੀ ਹੈ, ਅਤੇ ਪਬਲਿਕ ਦਾ ਰਿਸਪੋਂਸ ਤਾਂ ਤੁਸੀਂ ਵੇਖ ਹੀ ਚੁੱਕੇ ਹੋ, ਪਬਲਿਕ ਮੂਵੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ, ਅਤੇ ਇਸਦੇ ਨਾਲ ਹੀ ਸਾਰੇ ਸਟਾਰ ਕਾਸਟ ਬਹੁਤ ਜ਼ਿਆਦਾ ਐਕਸਾਈਟਡ ਹੈ, ਅਤੇ ਉਮੀਦ ਕੀਤੀ ਜਾ ਰਹੀ ਕਿ ਮੂਵੀ ਦੇ ਜਲਦ ਹੀ ਹਾਊਸਫੁੱਲ ਹੋਣ ਵਾਲੇ ਨੇ। ਸੋ ਵੇਖਦੇ ਹਾਂ ਕਿ ਹੋਰ ਪਬਲਿਕ ਵੱਲੋਂ ਮੂਵੀ ਨੂੰ ਕਿੱਦਾਂ ਦਾ ਰਿਸਪੋਂਸ ਮਿਲਣ ਵਾਲਾ ਹੈ ਵਿਦਇਨ ਦਿਸ ਵੀਕਐਂਡ, ਅਤੇ ਹੁਣ ਮੈਨੂੰ ਤਾਂ ਇਜਾਜ਼ਤ, ਅਸੀਂ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਮੂਵੀ ਦੇ ਨਵੇਂ ਰਿਵਿਊਜ਼ ਲੈ ਕੇ। ਟਿਲ ਦੈਨ ਸਟੇ ਟਿਊਨ ਵਿਦ ਸਾਂਝਾ ਟੀਵੀ।